ਇਸ ਵਕਤ ਅਸੀਂ ਖੜੇ ਆ ਦਸੂਹਾ ਦੀ ਕੰਡੀ ਕਨਾਲ ਨਹਿਰ ਉਸ ਦੇ ਵਿੱਚ ਬੀਤੀ ਰਾਤ ਜੇ ਗੱਲ ਕਰੀਏ ਤੇ ਇੱਕ ਬੜਾ ਹੀ ਵੱਡਾ ਹਾਦਸਾ ਹੋਇਆ ਇੱਕ ਕਾਰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਦੱਸ ਦਈਏ ਕਿ ਨਹਿਰ ਦੇ ਵਿੱਚ ਜਦੋਂ ਕਾਰ ਡਿੱਗਦੀ ਹੈ ਤੇ ਉਸ ਵਕਤ ਇੱਕ ਨੌਜਵਾਨ ਕਾਰ ਦੇ ਵਿੱਚ ਸਵਾਰ ਸੀ ਪਰ ਉਸ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਤੇ ਹੁਣੇ ਕੁਛ ਹੀ ਵਕਤ ਪਹਿਲਾਂ ਕਾਰ ਵੀ ਜਿਹੜੀ ਹੈ ਨਹਿਰ ਚੋਂ ਕੱਢ ਲਈ ਗਈ ਹੈ ਮੈਂ ਤਸਵੀਰਾਂ ਦਿਖਾ ਦਾਂਗਾ ਸਭ ਤੋਂ ਪਹਿਲਾਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਸਾਂਝੀਆਂ ਕਰ ਲੈਣ ਕੰਡੀ ਕਨਾਲ ਨਹਿਰ ਹੈ ਜਿਸ ਵਿੱਚ ਬੀਤੀ ਰਾਤ ਕਾਰ ਡਿੱਗ ਜਾਂਦੀ ਹੈ ਤੇ ਮੇਰੇ ਪਿੱਛੇ ਹੀ ਬਿਲਕੁਲ ਇਸ ਵਕਤ ਜੋ ਪਿੰਡ ਵਾਸੀਆਂ ਨੇ ਜੋ ਨੌਜਵਾਨ ਨੇ ਉਹਨਾਂ ਵੱਲੋਂ ਕਾਰ ਨੂੰ ਬਾਹਰ ਕੱਢ ਲਿਆ ਗਿਆ ਤੇ ਕੁਝ ਨੌਜਵਾਨ ਵੀ ਖੜੇ ਨੇ تھے ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਕਿਉਂਕਿ ਆਏ ਦਿਨ ਹਾਸੇ ਹੁੰਦੇ ਰਹਿੰਦੇ ਨੇ ਸਰ ਤੁਹਾਡਾ ਨਾਮ ਕੀ ਪਹਿਲਾ ਨਾਮ ਦੱਸੋ ਸਰ ਮੇਰਾ ਨਾਮ ਰਾਣਾ ਜੀ ਰਾਣਾ ਜੀ ਆਏ ਦਿਨ ਹਾਸੇ ਹੁੰਦੇ ਆ ਕੱਲ ਰਾਤ ਵੀ ਕਾਰ ਨਹਿਰ ਚ ਡਿੱਗਦੀ ਹੈ ਨੌਜਵਾਨ ਦੀ ਜਾਨ ਜਾਂਦੇ ਜਾਂਦੇ ਬਚਦੀ ਹੈ ਕੀ ਕਾਰਨ ਲੱਗਦਾ ਕਿ ਜਿਹੜੇ ਕਾਰ ਹਾਸੇ ਆਏ ਦਿਨ ਇੱਥੇ ਹੁੰਦੇ ਆ ਸਾਰੇ ਇੱਥੇ ਮਤਲਬ ਹਰ ਇੱਕ ਮਹੀਨੇ ਦੋ ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਸਭ ਤੋਂ ਵੱਡਾ ਕਾਰਨ ਇੱਥੇ ਹੀ ਹੈ ਕਿ ਜਦੋਂ ਇਹ ਨਹਿਰ ਦਾ ਕੰਮ ਲੱਗਾ ਇਹਨਾਂ ਨੇ ਨਹਿਰ ਦਾ ਕੰਮ ਕਰਤਾ ਕੰਪਲੀਟ ਪਰ ਸੇਫਟੀ ਵਾਲੀ ਬਣਾਇਆ ਜਿਸ ਕਰਕੇ ਸੇਫਟੀ ਵਾਲ ਨਾ ਹੋਣ ਕਰਕੇ ਨਹਿਰ ਵੀ ਆਪਣੀ ਸੜਕ ਵੀ ਥਲੀ ਖੁਰਦੀ ਜਾਂਦੀ ਵੀ ਮਿੱਟੀ ਦੀ 5-5 ਮੋਹੜੇ ਤੱਕ ਖੁਰ ਗਈ ਹੈ ਤੇ ਡਬਲ ਗੱਡੀ ਕ੍ਰੋਸ ਕਰਨੀ ਬਹੁਤ ਔਖੀ ਹੈ ਉੱਥੇ ਇੱਥੇ ਆਵਾਰਾ ਪਸ਼ੂ ਬਹੁਤ ਹੈ ਜਿਸ ਦੇ ਕਰਕੇ ਆਵਾਰਾ ਪਸ਼ੂਆਂ ਦੇ ਕਾਰਨ ਰਾਤ ਨੂੰ ਕਈ ਵਾਰ ਗੱਡੀ ਨਹੀਂ ਲੱਭਦੇ ਧੁੰਦ ਦਾ ਮਾਹੌਲ ਹੈ ਜਿਸ ਕਰਕੇ ਕੋਈ ਨਾ ਕੋਈ ਗੱਡੀ ਇੱਥੇ ਆਏ ਦਿਨ ਇਹ ਲੱਗਦਾ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿਉਂਕਿ ਅੱਜ ਦੇ ਦਿਨ ਕਈ ਲੋਕ ਆਪਣੀ ਜਾਨਾਂ ਵੀ ਗਵਾ ਚੁੱਕੇ ਨੇ ਤੇ ਕੀ ਲੱਗਦਾ ਕਿ ਪ੍ਰਸ਼ਾਸਨ ਨੂੰ ਇਸ ਤੇ ਕੋਈ ਗੌਰ ਕਰਨੀ ਚਾਹੀਦੀ ਪਰ ਹਜੇ ਤੱਕ ਵੀ ਕੋਈ ਗੌਰ ਨਹੀਂ ਕੀਤੀ ਗਈ ਬਿਲਕੁਲ ਸਰ ਅਸੀਂ ਤੇ ਮਤਲਬ ਕਿ ਅੱਗੇ ਵੀ ਕਈ ਵਾਰ ਇਹ ਨਿਊਜ਼ ਲਗਾਈ ਹੈ ਕਿ ਪ੍ਰਸ਼ਾਸਨ ਨੂੰ ਜਲਦੋਂ ਜਲਦ ਐਕਸ਼ਨ ਲੈਣਾ ਚਾਹੀਦਾ ਪਰ ਹਾਲੇ ਤੱਕ ਪ੍ਰਸ਼ਾਸਨ ਸੁੱਤਾ ਪਿਆ ਹੈ ਕੋਈ ਉਹਨਾਂ ਵੱਲੋਂ ਐਕਸ਼ਨ ਹੀ ਲਿਆ ਜਾ ਰਿਹਾ ਅੱਜ ਦੇ ਦਿਨ ਮਾਮਾ ਦੇ ਪੁੱਤ ਇੱਥੇ ਮਰਦੇ ਰਹਿੰਦੇ ਆ ਕਿਉਂਕਿ ਇਹ ਸਭ ਤੋਂ ਵੱਡਾ ਕਾਰਨ ਇਹੀ ਹੈ ਇੱਥੇ ਕਿਉਂਕਿ ਇੱਥੇ ਇਹਨਾਂ ਨੂੰ ਆ ਕੇ ਇੱਕ ਵਾਰ ਮੌਕਾ ਦੇਖੋ ਤੇ ਦੇਖਣਾ ਜ਼ਰੂਰੀ ਪ੍ਰਸ਼ਾਸਨ ਨਹਿਰ ਦਾ ਕੰਪਲੀਟ ਕਰਕੇ ਸਭ ਤੋਂ ਪਹਿਲੇ ਉਹਨਾਂ ਨੂੰ ਸੇਫਟੀ ਵਾਲ ਬਣਾਉਣਾ ਚਾਹੀਦਾ ਸੀਗਾ ਨਹਿਰ ਦਾ ਕੰਮ ਬਾਅਦ ਵਿੱਚ ਹੋਣਾ ਚਾਹੀਦਾ ਸੀਗਾ ਉਹਨਾਂ ਨੇ ਪਹਿਲੇ ਨਹਿਰ ਬਣਾਈਏ ਸੇਫਟੀ ਵਾਲ ਤੇ ਆਪਣਾ ਕੰਮ ਕਰੇ ਨਿਕਲ ਗਿਆ ਹੁਣ ਇੱਥੇ ਆ ਕੇ ਕੋਈ ਨਹੀਂ ਦੇਖ ਰਿਹਾ ਸਾਡੇ ਕੰਡੀ ਏਰੀਆ ਵਿੱਚ ਇੰਨਾ ਖਤਰਾ ਬਣਿਆ ਹੋਇਆ ਸਾਡੇ ਬੱਚੇ ਸਕੂਲ ਜਾਂਦੇ ਬੱਸਾਂ ਜਾਂਦੀਆਂ ਸਾਨੂੰ ਇਹ ਡਰ ਰਹਿੰਦਾ ਕਿ ਕੋਈ ਬੱਸ ਜਾਂ ਕੋਈ ਹੋਰ ਚੀਜ਼ ਨਾ ਢੱਡੇ ਕਿਉਂਕਿ ਇਹ ਪ੍ਰਸ਼ਾਸਨ ਨੂੰ ਚਾਹੀਦਾ ਜਲਦੋਂ ਜਲਦ ਇੱਥੇ ਆ ਕੇ ਐਕਸ਼ਨ ਲੈਣ ਮੈਂ ਵੀਰੇ ਤੁਹਾਡਾ ਕੀ ਨਾਮ ਹੈ ਅਮਿਤ ਜੀ ਮੇਰਾ ਨਾਮ ਅਮਿਤ ਜੀ ਆਏ ਦਿਨ ਹਾਸੇ ਹੁੰਦੇ ਹੈ ਕਈ ਲੋਕ ਆਪਣੀ ਜਾਨਾਂ ਵੀ ਗਵਾ ਚੁੱਕੇ ਨੇ ਕਰਨ ਬਸ ਭਾਜੀ ਇਹੀ ਹੈ ਕੋਈ ਉਹਨਾਂ ਨੂੰ ਪਰ ਪ੍ਰੈਸ਼ਰ ਨਹੀਂ ਹੈ ਜਿੰਨਾ ਵੀ ਪ੍ਰੈਸ਼ਰ ਸਾਰੇ ਪਿੰਡ ਦੇ ਬੰਦੇ ਹੁੰਦੇ ਆ ਮਰੀ ਹੈ ਜਿੰਨੇ ਲੋਕਲ ਬੰਦੇ ਹੈਗੇ ਅਸੀਂ ਕੁਝ ਦਿਨ ਪਹਿਲੇ ਵੀ ਮੇਰੇ ਬ੍ਰਤਨ ਨੇ ਵੀ ਇਹੀ ਗੱਲ ਕਹੀ ਹੈ ਮੈਂ ਵੀ ਇਹੀ ਗੱਲ ਕਹਿਣਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਉਧਰ 5-5 ਫੁੱਟ ਕਿਤੇ 7-7 ਫੁੱਟ ਉੱਚੀ ਹੈ ਜੀ ਪਿਛਲੀ ਵਾਰ ਵੀ ਸਾਡੀ ਜੇ ਗੱਲ ਕਿਸੇ ਇਹਨਾਂ ਨੇ ਮਹਿਕਮੇ ਨਾਲ ਹੁੰਦੀ ਹੈ ਤਾਂ ਉਹ ਇੱਕ ਦੂਜੇ ਨਹਿਰ ਮਹਿਕਮਾ ਪੀ ਡਬਲਯੂ ਡੀ ਦੇ ਪਰ ਪਾਈ ਜਾਂਦਾ ਪੀ ਡਬਲਯੂ ਨਹਿਰ ਮਹਿਕਮੇ ਦੇ ਪਰ ਪਾਈ ਜਾਂਦਾ ਮੇਰੀ ਇਹੀ ਬੇਨਤੀ ਹੈ ਵੀ ਦੋਨੇ ਜਿਹੜੇ ਡਿਪਾਰਟਮੈਂਟ ਹੈਗੇ ਆ ਆਪਸ ਵਿੱਚ ਬਹਿ ਕੇ ਇਸ ਚੀਜ਼ ਦਾ ਸੌਲਡ ਆਊਟ ਕਰੋ ਪ੍ਰਮਾਤਮਾ ਨਾਗਰੇਪਾ ਜੀ ਚਲੋ ਇੱਕ ਬੰਦਾ ਸੀਗਾ ਉਹ ਨਿਕਲ ਗਿਆ ਇੱਕ ਗੱਡੀ ਦੇ ਵਿੱਚ ਕਟੋ-ਕਟ 60-70 ਪਰਿਵਾਰਾਂ ਦੇ ਬੱਚੇ ਹੁੰਦੇ ਆ ਜੇ ਕੋਈ ਬੱਸ ਵਿੱਚ ਡਿੱਗ ਜੇ ਭਾਜੀ ਡਰਾਈਵਰ ਆਪਣੇ ਉਹਨੂੰ ਸੇਵ ਕਰ ਲੂਗਾ ਬੱਚੇ ਕੌਣ ਸੇਵ ਕਰੂਗਾ ਕਿਉਂਕਿ ਸਾਡੇ ਬੱਚਿਆਂ ਦੀ ਮੈਂ ਕੰਡੀ ਏਰੀਆ ਦੇ ਸਾਰੇ ਵੀ ਲੋਕਾਂ ਨੂੰ ਵੀ ਗੱਲ ਕਹਿੰਦਾ ਤੁਸੀਂ ਵੀ ਜਾਗੋ ਤੁਸੀਂ ਘਰੇ ਬਹਿ ਕੇ ਸੋਵੋ ਨਾ ਬੱਚੇ ਤੁਹਾਡੇ ਵੀ ਸਕੂਲਾਂ ਜਾਂਦੇ ਸਾਡੇ ਵੀ ਜਾਂਦੇ ਆ ਪਰ ਸਾਡਾ ਕੰਡੀ ਏਰੀਆ ਉੱਠ ਕੇ ਰਾਜ ਨਹੀਂ ਤੁਸੀਂ ਜਿੰਨੀ ਮਰਜ਼ੀ ਨਿਊਜ਼ ਲਾਓ ਹਰ ਉੱਚੀ ਉਠਾਓਰ ਜਿਹੜੇ ਮੌਜੂਦਾ ਸਾਡੇ ਐਮ.ਐਲ.ਏ. ਸੀ ਉਹਨਾਂ ਨੂੰ ਵੀ ਇੱਕ ਬੇਨਤੀ ਕਰਾਂਗੇ ਕਿ ਵੀ ਇਸ ਚੀਜ਼ ਨੂੰ ਤੁਸੀਂ ਵੀ ਜ਼ੋਰ ਦਿਵੋ ਚਾਹੇ ਪੀ.ਡਬਲਯੂ.ਡੀ. ਹੋਵੇ ਚਾਹੇ ਨਹਿਰ ਮੈਕਮਾ ਜੇ ਗੱਲ ਕਰੀਏ ਗੱਡੀ ਕੱਢਣ ਦੇ ਵਿੱਚ ਆ ਸਾਡਾ ਮੁੰਡਾ ਭਰਾ ਕਾਲੂ ਹੈ ਜੀ ਰਜਿਤ ਫੌਜੀ ਹੈ ਬਿਜੇ ਫੌਜੀ ਜਿਹਨਾਂ ਨੇ ਸਵੇਰੇ ਗੱਡੀ ਬਾਹਰ ਕੱਢੀ ਹੈ ਰਾਤ ਵੀ ਪਿੰਨ ਨਾਲ ਦੇ ਪਿੰਡੇ ਦੇ ਨਾਲ ਮੁੰਡੇ ਦੀ ਜਾਨ ਬਚਾਈ ਹੈ ਜਿਹੜੇ ਸਾਡਾ ਪ੍ਰਸ਼ਾਸਨ ਵੀ ਸੁੱਤਾ ਪਿਆ ਜੀ ਖਾਸ ਕਰਕੇ ਅਗਰ ਮੈਂ ਗੱਲ ਕਰਾਂ ਨਹਿਰ ਮੈਕਮਾ ਔਰ ਪੀ.ਡਬਲਯੂ ਮੈਕਮਾ ਉਹ ਸੁੱਤੇ ਪਏ ਆ ਜੀ ਉਹ ਇੱਕ ਦੂਜੇ ਤੇ ਬਲੇਮ ਕਰ ਰਹੇ ਆ ਕਿ ਉਹ ਕਰ ਤੁਸੀਂ ਵੀਰੇ ਨਹਿਰ ਚ ਗੱਡੀ ਗੱਡੀ ਬਾਹ ਹਾਂਜੀ ਇੰਨੇ ਠੰਡ ਵਿੱਚ ਵਿੱਚ ਪਾਣੀ ਦੇ ਵੜ ਕੇ ਤੁਸੀਂ ਗੱਡੀ ਕੱਢਣੀ ਇਹ ਵੀ ਬੜੀ ਹਿੰਮਤ ਦਾ ਕੰਮ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਤੇਹੀ ਮੰਗਾਂ ਨੇ ਕਿ ਸੇਫਟੀ ਵਾਲ ਦੀ ਉਹ ਕਰਨ ਸੇਫਟੀ ਵਾਲ ਲਾਈ ਜਾਵੇ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਲੋਕ ਨੌਜਵਾਨ ਇਥੇ ਇਕੱਤਰਿਤ ਨੇ ਕਿਸ ਤਰ੍ਹਾਂ ਗੱਡੀ ਨੂੰ ਨਹਿਰ ਚ ਕੱਢਿਆ ਮੈਂ ਇੱਕ ਵਾਰੀ ਤਸਵੀਰਾਂ ਵੀ ਦਿਖਾ ਦਿੰਨਾ ਕਿ ਜਿਹੜੀ ਕਾਰ ਆ ਉਹ ਬਿਲਕੁਲ ਮੇਰੇ ਸਾਹਮਣੇ ਹੈ ਨਹਿਰ ਚ ਕੱਢੀ ਗਈ ਹੈ ਨੌਜਵਾਨ ਦੀ ਜਾਨ ਜਾ ਸਕਦੀ ਸੀ ਪਰ ਦੱਸ ਦਈਏ ਕਿ ਇਸ ਨਹਿਰ ਦੇ ਵਿੱਚ ਕਈ ਲੋਕ ਆਪਣੀਆਂ ਜਾਨਾਂ ਗਵਾ ਵੀ ਚੁੱਕੇ ਨੇ ਪਰ ਦੂਜੇ ਪਾਸੇ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਕੁੰਭ ਕਰਨੀ ਨੀਂਦ ਸੁਤਾ ਹੈ ਤੇ ਜੇ ਆਪਾਂ ਪੀ ਡਬਲਯੂ ਡੀ ਦੀ ਗੱਲ ਕਰੀਏ ਚਾਹੇ ਨਹਿਰੀ ਵਿਭਾਗ ਦੀ ਠਿਕਰਾ ਇੱਕ ਦੂਜੇ ਦੇ ਸਿਰ ਉੱਤੇ ਪੰਦੇ ਨੇ ਪਰ ਲੋਕਾਂ ਦੀ ਸੁਰੱਖਿਆ ਦੇ ਧਿਆਨ ਕੋਈ ਨਹੀਂ ਦੇ ਰਿਹਾ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ ਇਟਨ ਪੰਜਾਬ